ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਜੈਸੇ ਆਏ ਥਿੰਦ ਪੈਲੇਸ, ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਜੈਸੇ ਆਏ ਥਿੰਦ ਪੈਲੇਸ, ਇੱਕ ਐਸਾ ਨਾਮ ਜਿਨ੍ਹਾਂ ਨੇ ਕ੍ਰੀਏਸ਼ਨਸ ਕੀਤੀਆਂ ਨੇ ਮਲਸਈਆਂ ਦੇ ਵਿੱਚ, ਔਰ ਵੀਰ ਜੀ ਜਿਨ੍ਹਾਂ ਨੇ ਬਹੁਤ ਲੰਬਾ ਤਜ਼ਰਬਾ ਸਵੀਟਸ ਦੇ ਵਿੱਚ, ਟੈਂਟਿੰਗ ਦੇ ਵਿੱਚ, ਕੈਟਰਿੰਗ ਦੇ ਵਿੱਚ, ਔਰ ਹੁਣ ਇਹਨਾਂ ਨੇ ਇੱਥੇ ਸੇਵਾ ਸੰਭਾਲੀ ਹੈ। ਵੀਰ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਜਿਸ ਦਿਨ ਦੀ ਇਹ ਸੇਵਾ ਲਿੱਤੀ ਹੈ, ਔਰ ਜਿਹੜੇ ਜਿਹੜੇ ਫੰਕਸ਼ਨ ਲੱਗੇ ਆ, ਚੇਨ ਬਣਾ ਰਹੇ ਉਹ ਕਦੇ ਐਡ ਨਹੀਂ ਕੀਤੀ, ਇੱਕ ਤੋਂ ਇੱਕ ਅੱਗੇ ਜਿਹੜਾ ਬੰਦਾ ਇੱਕ ਆਉਂਦਾ ਉਹ ਫੰਕਸ਼ਨ ਕਰਕੇ ਜਾਂਦਾ, ਉਹ ਦੱਸਦਾ ਵੀ ਇੰਨਾ ਇਕਨੋਮੀਕਲ ਯਾਰ, ਸਾਡੇ ਤਾਂ ਪੈਸੇ ਵੀ ਬਹੁਤ ਥੋੜ੍ਹੇ ਲੱਗੇ ਔਰ ਅਰੇਂਜਮੈਂਟ ਵੀ ਇੰਨਾ ਵਧੀਆ, ਕੀ ਕਹਿਣਾ ਚਾਹੋਗੇ? ਇਹ ਜਿੱਦਾਂ ਸ਼ੁਰੂ ਤੋਂ ਸੋਚ ਸੀਗੀ ਡੈਡੀ ਜੀ ਹੋਣਾ ਦੀ, ਉਹ ਵੀ ਆਪਾਂ ਮਤਲਬ ਲੋਕਾਂ ਵਾਸਤੇ, ਆਪਣੇ ਪਿੰਡ ਦੇ ਲੋਕਾਂ ਵਾਸਤੇ ਕੁਛ ਕਰਨਾ ਆ, ਅਤੇ ਆਪਾਂ ਵੀ ਉਸੇ ਸੋਚ 'ਤੇ ਚੱਲ ਕੇ ਮਤਲਬ ਆਮ ਆਦਮੀ ਦੀ ਪਹੁੰਚ ਦੇ ਵਿੱਚ ਜਿਹੜਾ ਰਹਿ ਕੇ ਪ੍ਰੋਗਰਾਮ ਹੋ ਸਕੇ ਆਪਾਂ ਉਹ 'ਤੇ ਜ਼ਿਆਦਾ ਜ਼ੋਰ ਦਿੱਤਾ। ਅਤੇ ਤੁਸੀਂ ਪੈਲਸ ਦੇ ਅੰਦਰ ਦੇਖ ਸਕਦੇ ਆ, ਮਤਲਬ ਪੈਲਸ ਭਾਵੇਂ ਛੋਟਾ ਜਿਹਾ ਹੀ ਆ, ਪਰ ਇਹਦੇ ਵਿੱਚ ਤੁਹਾਨੂੰ ਵੱਡੇ ਪੈਲਸਾਂ ਦੀ ਥੋੜ੍ਹੀ ਥੋੜ੍ਹੀ ਝਲਕ ਦੇਖਣ ਨੂੰ ਮਿਲੇਗੀ। ਅਸੀਂ ਹੋਰ ਵੀ ਬਹੁਤ ਸਹੂਲਤਾਂ ਮਤਲਬ ਲੋਕਾਂ ਵਾਸਤੇ ਰੱਖੀਆਂ ਹੋਈਆਂ, ਜਿੱਦਾਂ ਮੰਨ ਲਓ ਹਲਵਾਈ ਭਰਾ ਆ, ਉਹਨਾਂ ਨੂੰ ਕੋਈ ਵੀ ਭੱਠੀ, ਗਰੈਂਡਰ, ਤੰਦੂਰ ਵਗੈਰਾ ਕੋਈ ਵੀ ਆਪਣਾ ਸਮਾਨ ਲਿਆਉਣ ਦੀ ਲੋੜ ਨਹੀਂ, ਸਾਰਾ ਕੁਛ ਪੈਲਸ 'ਚ ਅਵੇਲੇਬਲ ਹੈਗਾ ਆ, ਅਤੇ ਉਹ ਜਦੋਂ ਮਰਜ਼ੀ ਚਾਹੁਣ ਆਪਣਾ ਆ ਕੇ ਪ੍ਰੋਗਰਾਮ ਨਿਪਟਾ ਕੇ ਜਾ ਸਕਦੇ ਆ। ਉਹਨਾਂ ਨੂੰ ਘਰੋਂ ਕੋਈ ਵੀ ਚੀਜ਼ ਲੈ ਕੇ ਆਉਣ ਦੀ ਲੋੜ ਨਹੀਂ, ਸਭ ਕੁਝ ਆਪਣੇ ਕੋਲ ਪੈਲਸ 'ਚ ਅਵੇਲੇਬਲ ਹੈਗਾ ਆ। ਕੀ ਕਹਿਣਾ ਚਾਹੋਗੇ? ਕੈਟਰਿੰਗ ਵੀ ਕਰ ਦਿਓ ਨਾਲ, ਕਿ ਜਿਹੜੇ ਲੋਕ ਕੈਟਰਿੰਗ ਚਾਹੁੰਦੇ ਆ ਉਹ ਚਾਹੁੰਦੇ ਵੀ ਤੁਸੀਂ ਆਪ ਵੀ ਕੈਟਰਿੰਗ ਕਰੋ, ਉਹ ਕਰ ਵੀ ਦਿੰਦੇ ਹੋ? ਨਹੀਂ, ਕੈਟਰਿੰਗ ਵੀ ਕਰਦੇ ਹਾਂ, ਪਰ ਜੇ ਕੋਈ ਬਾਹਰਲਾ ਕੈਟਰ ਆਉਂਦਾ ਉਹਨੂੰ ਵੀ ਵੈਲਕਮ ਆ। ਅਸੀਂ ਇਹ ਨਹੀਂ ਹੈਗਾ ਵੀ ਕੈਟਰਿੰਗ ਹੀ ਕਰਨੀ, ਅਸੀਂ ਤਾਂ ਹਰੇਕ ਬੰਦੇ ਨੂੰ ਨਾਲ ਲੈ ਕੇ ਚੱਲਣਾ, ਭਾਵੇਂ ਸਾਨੂੰ ਇਕੱਲੀ ਤੁਸੀਂ ਪ੍ਰੋਗਰਾਮ ਦੀ ਸੇਵਾ ਦਿਓ, ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ। ਵੀ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਕੈਟਰਿੰਗ ਹੀ ਕਰਨੀ ਆ, ਪਰ ਜੇ ਤੁਸੀਂ ਸਾਨੂੰ ਕੈਟਰਿੰਗ ਦਾ ਮੌਕਾ ਦਿਓਗੇ ਉਹਦੇ 'ਚ ਵੀ ਅਸੀਂ ਤੁਹਾਨੂੰ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗੇ। ਵੀਰ ਜੀ ਕੀ ਕਹਿਣਾ ਚਾਹੋਗੇ ਕਿ 100 ਬੰਦੇ ਦਾ ਅਰੇਂਜਮੈਂਟ ਹੁੰਦਾ, ਲੋਕ ਐਵੇਂ ਪੇਲੇ ਟਲ ਘੋਲੀਆਂ, ਇਹ ਕਰ ਲਈਆਂ, ਇਹ ਰੋਇਲ ਪੈਲਸ ਆ, ਇਹ ਇੱਕ ਐਸਾ ਪੈਲਸ ਆ ਜਿਹਦੇ 'ਚ ਪ੍ਰਿੰਸਾਂ ਵਾਂਗੂ ਕੰਮ ਹੁੰਦਾ, ਕਿਉਂਕਿ ਤੁਸੀਂ ਆਪ ਬਹੁਤ ਮਿਹਨਤ ਕੀਤੀ ਆ, ਆਪਦੇ ਦਮ 'ਤੇ ਉੱਠੇ ਹੋ, ਤੁਹਾਨੂੰ ਪਤਾ ਲੋਕਾਂ ਦੀਆਂ ਜੇਬਾਂ ਬੜੀਆਂ ਔਖੀਆਂ, ਔਰ ਹਮੇਸ਼ਾ ਜੇ 100 ਦਾ 105-107 ਵੀ ਹੋ ਜਾਣ ਕਦੇ ਨਹੀਂ ਪ੍ਰਵਾਹ ਕੀਤੀ, ਕਹਿੰਦੇ ਕੋਈ ਗੱਲ ਨਹੀਂ ਯਾਰ, ਕੋਈ ਗੱਲ ਨਹੀਂ। ਹਾਂਜੀ, ਇਹ ਤਾਂ ਹੈਗਾ ਜੀ, ਬਾਕੀ ਅਸੀਂ ਆਪਣੀ ਸੋਚ ਨੂੰ ਮਤਲਬ ਹੋਰ ਵੀ ਵਧਾਉਣਾ ਚਾਹੁੰਦੇ ਹਾਂ, ਇਹ ਤਾਂ ਲੋਕਾਂ ਦੇ ਸਹਿਯੋਗ ਨਾਲ ਹੀ ਆ, ਜਿੱਦਾਂ ਵੀ ਸਾਨੂੰ ਲੋਕ ਪਿਆਰ ਦੇਣਗੇ ਉੱਦਾਂ ਉੱਦਾਂ ਅਸੀਂ ਲੋਕਾਂ ਦੀ ਸੇਵਾ 'ਚ ਗਾਂਧੀਆਂ ਵਾਧਾ ਹੀ ਕਰਾਂਗੇ। ਅਤੇ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਨਾਲ ਕਿੱਟੀ ਪਾਰਟੀਆਂ ਹੋ ਗਈਆਂ, ਜਿਸ ਤਰੀਕੇ ਦੇ ਨਾਲ ਬਰਥਡੇ ਪਾਰਟੀਆਂ ਹੋ ਗਈਆਂ, ਜਨਮ ਦਿਨ ਹੋ ਗਏ ਲੋਕਾਂ ਦੇ,
ਅਤੇ ਉਹਦੇ ਨਾਲ ਨਾਲ ਕੋਈ ਮੰਗਣੇ ਦੇ ਪ੍ਰੋਗਰਾਮ ਹੋ ਗਏ ਤਾਂ ਹਰੇਕ ਪ੍ਰੋਗਰਾਮ, ਕੋਈ ਭੋਗ ਦਾ ਪ੍ਰੋਗਰਾਮ ਹੋ ਗਿਆ ਕਿਸੇ ਦੇ, ਅਤੇ ਉਹ ਸਾਰੇ ਪ੍ਰੋਗਰਾਮ ਹੀ ਇੱਥੇ ਲੱਗਣਗੇ। ਹਾਂਜੀ, ਸਾਰੇ ਹਰ ਤਰ੍ਹਾਂ ਦੇ ਪ੍ਰੋਗਰਾਮ ਲਈ ਸਾਡਾ ਵੈਲਕਮ ਹੈ ਜੀ। ਜਿਹੜਾ ਮਤਲਬ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਆ, ਆਪਾਂ ਹਰ ਪ੍ਰੋਗਰਾਮ ਲਈ ਆਪਣੀ ਪੈਲਸ ਹਾਜ਼ਰ ਹੈ ਜੀ। ਜਿੱਦਾਂ ਦਾ ਕਿਸੇ ਨੂੰ ਕੋਈ ਪ੍ਰੋਗਰਾਮ ਦੀ ਲੋੜ ਆ, ਉਹ ਆ ਕੇ ਇੱਥੇ ਪ੍ਰੋਗਰਾਮ ਕਰ ਸਕਦਾ। ਕੀ ਕਹਿਣਾ ਚਾਹੋਗੇ? ਕਿ ਬਿਲਕੁਲ ਇਕਾਂਤ ਜਗ੍ਹਾ ਦੇ ਉੱਤੇ ਆ, ਸ਼ਹਿਰ ਤੋਂ ਪਾਸੇ ਆ, ਪਾਰਕਿੰਗ ਦੀ ਖੁੱਲ੍ਹੀ ਪਾਰਕਿੰਗ ਹੈਗੀ ਆ, ਜਿੱਥੇ ਕੋਈ ਬੋਝ ਨਹੀਂ ਬੰਦੇ ਨੂੰ, ਗ੍ਰੀਨਰੀ ਦੇ ਨਾਲ ਭਰਿਆ ਹੋਇਆ, ਔਰ ਫਲੱਸ਼ ਬਾਥਰੂਮ ਦਾ ਜਿਹੜੇ ਬਹੁਤ ਹੀ ਵਧੀਆ ਬਣੇ ਹੋਏ ਆ ਔਰ ਮਾਡਰਨ ਤਰੀਕੇ ਦੇ। ਹਾਂਜੀ, ਇਹੀ ਆ ਵੀ ਸਾਡਾ ਵੀ ਇਹੀ ਸੀਗਾ ਵੀ ਆਪਾਂ ਲੋਕਾਂ ਨੂੰ ਵਧੀਆ ਅਤੇ ਸਸਤੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਆ। ਬਾਕੀ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਇਹ ਤੋਂ ਵੀ ਵੱਧ ਕੇ ਮਤਲਬ ਆਪਣੇ ਪਿੰਡ ਦੇ ਲੋਕਾਂ ਦੀ ਜਾਂ ਨੇੜੇ ਤੇੜੇ ਦੇ ਇਲਾਕੇ ਦੇ ਲੋਕਾਂ ਦੀ ਸੇਵਾ 'ਚ ਹੋਰ ਵਾਧਾ ਕਰ ਸਕੀਏ। ਅਤੇ ਹਜੇ ਥੋੜ੍ਹਾ ਆਫ ਸੀਜ਼ਨ ਕਰਕੇ ਥੋੜ੍ਹੀ ਡੈਕੋਰੇਸ਼ਨ ਘੱਟ ਕੀਤੀ ਆ, ਸੀਜ਼ਨ ਆਉਣ 'ਤੇ ਇਹ ਤੋਂ ਵੀ ਡਬਲ ਡੈਕੋਰੇਸ਼ਨ ਕਰਨ ਦਾ ਆਪਣਾ ਵਾਧਾ ਹੈ ਜੀ। ਵੀਰ ਜੀ, ਕਹਿਣਾ ਚਾਹੋਗੇ ਕਿ ਲੋਕ ਪਹਿਲਾਂ ਹੀ ਵਿਆਹ ਬੁੱਕ ਕਰਾ ਰਹੇ ਆ ਕਿਉਂਕਿ ਸਾਹਾ ਬਹੁਤ ਭਾਰਾ ਐਤਕੀ, ਔਰ ਜਿਹੜੇ ਬੰਦੇ ਪਹਿਲੇ 50 ਬੰਦੇ ਇਸ ਚੈਨਲ ਨੂੰ ਦੇਖ ਕੇ ਆਉਣਗੇ, ਵਿਆਹ ਬੁੱਕ ਕਰਾਉਣਗੇ, ਉਹਨਾਂ ਨੂੰ ਅਸੀਂ ਖਾਸ ਕੋਈ ਨਾ ਕੋਈ ਰਵਾਇਤ ਹੋਰ ਥੋੜ੍ਹੀ ਮੋਟੀ ਜਿਹੜੀ ਆ ਜਾਂ ਕੋਈ ਗਿਫਟ ਕੋਈ ਨਾ ਕੋਈ ਚੀਜ਼ ਅਟੈਚ ਕਰਾਂਗੇ ਨਾਲ। ਜ਼ਰੂਰ ਜੀ, ਜ਼ਰੂਰ, ਤੁਹਾਡਾ ਧੰਨਵਾਦ ਆ, ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਆ। ਤੁਹਾਡੇ ਚੈਨਲ ਦੇਖਦੇ ਦਰਸ਼ਕਾਂ ਨੂੰ ਇਹੀ ਆ ਵੀ ਜਿਹੜਾ ਵੀ ਚੈਨਲ ਦੇਖ ਕੇ ਸਾਡੇ ਕੋਲ ਆਊਗਾ ਉਹਨੂੰ ਖਾਸ ਰਿਆਇਤਾਂ ਦਿੱਤੀਆਂ ਜਾਣਗੀਆਂ। ਫਿਰ ਜੀ, ਬਹੁਤ ਬਹੁਤ ਧੰਨਵਾਦ, ਔਰ ਅਸੀਂ ਚਾਹਾਂਗੇ ਸਾਰਾ ਦਿਖਾਓ ਵੀ। ਓਕੇ, ਥੈਂਕ ਯੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਇਹ ਆਪਣਾ ਹੈਗਾ ਜੀ ਇਹ ਵੈਡਿੰਗ ਹਾਲ ਆ, ਇਹਦੇ ਵਿੱਚ ਤੁਸੀਂ ਕਿੱਟੀ ਪਾਰਟੀ, ਰਿੰਗ ਸੈਰਮਨੀ, ਕੋਈ ਵੀ ਆਪਣਾ ਪ੍ਰੋਗਰਾਮ ਆ ਕੇ ਬੁੱਕ ਕਰ ਸਕਦੇ ਹਾਂ। ਅਤੇ ਤੁਸੀਂ ਇਹਦੇ ਵਿੱਚ ਇਹ ਦੇਖ ਸਕਦੇ ਵੀ ਆਪਾਂ ਵੱਡੇ ਪੈਲਸਾਂ ਦੀ ਥੋੜ੍ਹੀ ਥੋੜ੍ਹੀ ਝਲਕ ਤੁਹਾਨੂੰ ਸਾਡੇ ਪੈਲਸ 'ਚ ਦੇਖਣ ਨੂੰ ਮਿਲੂਗੀ। A to Z ਆਪਾਂ ਟੋਟਲੀ ਜਿਹੜਾ ਆ ਕਰੋਕਰੀ, ਟੇਬਲ, ਚੇਅਰਸ ਵਗੈਰਾ ਟੋਟਲੀ ਨਵਾਂ ਹੀ ਆਪਾਂ ਇੱਥੇ ਅਰੇਂਜ ਕੀਤਾ ਆ। ਤੁਸੀਂ ਦੇਖ ਸਕਦੇ ਆ ਬਫੇ ਕਾਊਂਟਰ ਵਗੈਰਾ, ਡੈਕੋਰੇਸ਼ਨ ਦਾ ਸਾਰਾ ਸਮਾਨ ਟੋਟਲੀ ਆਪਾਂ ਨਵਾਂ ਹੀ ਲਿਆ ਕੇ ਲਾਇਆ ਆ। ਬਾਕੀ ਹਲਵਾਈ ਭਰਾਵਾਂ ਲਈ ਵੀ ਬਹੁਤ ਸਾਰੀਆਂ ਸਹੂਲਤਾਂ ਆ ਆਪਣੇ ਕੋਲ, ਅਤੇ ਮਤਲਬ ਹਰ ਵਰਗ ਦੇ ਜਿਹੜੇ ਸਾਡੇ ਮਹਿਕਮੇ ਦੇ ਲੋਕ ਆ, ਹਰੇਕ ਵਰਗ ਲਈ ਆਪਾਂ ਇੱਕ ਸਪੈਸ਼ਲ ਸਹੂਲਤ ਰੱਖੀ ਹੋਈ ਆ, ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਜਾਣੂ ਕਰਵਾਇਆ ਜਾਊਗਾ।